ਕਿ ਪਿਛਲੇ ਚੋਣਾਂ 2018 'ਚ ਹੋਏ ਸੀ ਉਦੋਂ ਵੀ ਸਾਡੀ ਭਾਰਤੀ ਜਨਤਾ ਪਾਰਟੀ ਸਰਕਾਰ ਬਿਲਕੁਲ ਨਜ਼ਦੀਕ ਤੋਂ ਹਰੀ ਹੈ ਜੀ। ਕਾਂਗਰਸ ਨੂੰ ਫਾਲਤੂ ਆਇਆ ਵੋਟ ਉਸ ਕਾਰਨ ਥੋੜ੍ਹੇ ਜੇ ਮਾਰਜਨ ਨਾਲ ਇੱਥੇ ਸਰਕਾਰ ਬਣੀ ਔਰ ਉਹ ਵੀ ਝੂਠੇ ਵਾਅਦੇ ਨਾਲ ਬਣੀ। ਜਦੋਂ ਉਹਨਾਂ ਦੇ ਨੇਤਿਆਂ ਨੇ ਇੱਥੇ ਆ ਕੇ ਵਾਅਦੇ ਕੀਤੇ ਵੱਡੇ ਵੱਡੇ ਜੀ ਕਿਸਾਨਾਂ ਦੇ ਕਰਜ਼ੇ ਮਾਫ਼ ਵਾਸਤੇ ਔਰ ਜੋ ਪੜ੍ਹੇ ਲਿਖੇ ਯੁਵਾ ਬੱਚੇ ਹੈਗੇ ਉਹਨੂੰ ਜਾਂ ਨੌਕਰੀ ਦੇਵਾਂਗੇ, ਅਗਰ ਨੌਕਰੀ ਨਾ ਦਿੱਤੀ ਗਈ ਤਾਂ ਅਸੀਂ ਉਹਨਾਂ ਨੂੰ 3500 ਰੁਪਏ ਪੱਤਾ ਦੇਵਾਂਗੇ ਜੀ। ਔਰ ਨਾ ਤਾਂ ਕਿਸੇ ਕਿਸਾਨ ਦਾ ਕਰਜ਼ਾ ਮਾਫ਼ ਹੋਇਆ ਔਰ 19,400 ਲੋਕਾਂ ਦੀ ਜ਼ਮੀਨ ਜਿਹੜੀ ਕੁੜਕ ਹੋ ਚੁੱਕੀ ਹੈ ਔਰ ਬੈਂਕ ਦਾ ਲੈਣ ਦੇਣ ਨਹੀਂ ਕੀਤਾ ਉਹਨਾਂ ਨੇ, ਉਹ ਜ਼ਮੀਨਾਂ ਡਿਫਾਲਟਰ ਹੋ ਗਏ ਔਰ ਜ਼ਮੀਨਾਂ ਉਹਨੇ ਕੁੜਕ ਹੋ ਜਾਂਦੀਆਂ। ਅੱਛਾ। ਬਹੁਤ ਲੋਕ ਕਿਸਾਨ ਸੀ ਜਿਹੜੇ ਉਹ ਫਾਂਸੀ ਲੈ ਕੇ ਆਤਮ ਹੱਤਿਆ ਕਰ ਲਈ ਉਹਨਾਂ ਨੇ। ਮੇਰੇ ਖਿਆਲ 17 ਪੇਪਰ ਲੀਕ ਹੋਏ ਸਾਡੇ ਰਾਸ਼ਟਰ ਦੇ ਵਿੱਚ ਜੀ, ਇੱਕ ਇਤਿਹਾਸ ਬਣ ਗਿਆ ਜੀ ਪੇਪਰ ਲੀਕ ਦਾ। ਖੁਦ ਸਰਕਾਰ ਨੇ ਜੋ ਸਰਕਾਰ ਦੇ ਵਿੱਚ ਮੰਤਰੀ ਰਹੇ ਹੈ ਉਹਨੇ ਖੁਦ ਪੇਪਰ ਕਰਾਏ, ਖੁਦ ਦੇ ਆਪਦੇ ਬੱਚੇ ਐਸ ਡੀ ਓ ਤੱਕ ਲਵਾਏ ਉਹਨਾਂ ਨੇ। ਸਾਡੇ ਸ਼ਿਕਸ਼ਾ ਮੰਤਰੀ ਸੀ ਉਹਦਾ ਪੂਰਾ ਹੱਥ ਰਿਹਾ ਹੋਇਆ, ਇਸ ਟਾਈਮ ਉਹ ਪ੍ਰਦੇਸ਼ ਅਧਿਕਸ਼ ਹੈ ਅਤੇ ਉਹ ਸੀ ਐਮ ਦੇ ਬਿਲਕੁਲ ਕਲੋਜ਼ ਆਦਮੀ ਸੀਗੇ, ਉਹਨਾਂ ਨੇ ਉਹ ਸਾਰੇ ਪੇਪਰ ਲੀਕ ਕਰਵਾਏ। ਹਰ ਚੀਜ਼ ਦੇ ਵਿੱਚ ਖਨਣ ਵਿਭਾਗ ਸੀ, ਕੁਛ ਵੀ ਸੀ, ਇਹਨਾਂ ਨੇ ਕੋਈ ਲੂਟ ਦੇ ਵਿੱਚ ਕਸਰ ਨਹੀਂ ਛੱਡੀ, ਭ੍ਰਿਸ਼ਟਾਚਾਰ ਦਾ ਕਸਰ ਨਹੀਂ ਛੱਡੀ, ਬਲਾਤਕਾਰ ਦੇ ਵਿੱਚ ਸਾਡੀ ਜਿਹੜੀ ਸਟੇਟ ਹੈ ਪਹਿਲੇ ਨੰਬਰ 'ਤੇ ਹੈ। ਜੀ ਔਰ ਜਦੋਂ ਇਸ ਮੁੱਦੇ 'ਤੇ ਚਰਚਾ ਚੱਲ ਰਹੀ ਸੀ ਵਿਧਾਨ ਸਭਾ ਦੇ ਅੰਦਰ ਔਰ ਮੰਤਰੀ ਨੇ ਜਵਾਬ 'ਚ ਕਿਹਾ ਵੀ ਜੋ ਪ੍ਰਦੇਸ਼ ਹੈ ਹਮਾਰਾ ਬਲਾਤਕਾਰ ਕੇ ਮਾਮਲੇ ਇੱਕ ਨੰਬਰ ਪੇ ਹੈ, ਕਿਆ ਕਰੇ ਸਾਲਾ, ਇਹ ਮਰਦੋਂ ਕਾ ਪ੍ਰਦੇਸ਼ ਹੈ, ਇਹ ਮੰਤਰੀ ਕਾ ਜਵਾਬ ਥਾ ਆਜ ਰਿਕਾਰਡ ਪੇ ਹੈ। ਰਾਮ ਰਾਮ, ਸਤਿ ਸ਼੍ਰੀ ਅਕਾਲ ਅਦਾਬ, ਮੈਂ ਪ੍ਰਦੀਪ ਧੀਮਾਨ ਅਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਰਾਜਸਥਾਨ ਅਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ। ਸੱਤਾ ਦੰਗਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਰਾਜਸਥਾਨ ਦੇ ਵਿਧਾਨ ਸਭਾ ਖੇਤਰ ਸੰਗਰੀਆਂ ਦੇ ਵਿੱਚ, ਜਿੱਥੇ ਇੱਥੋਂ ਦੇ ਸਾਡੇ ਮੌਜੂਦਾ ਵਿਧਾਇਕ ਔਰ ਇਸ ਵਾਰ ਵੀ BJP ਦੇ ਉਮੀਦਵਾਰ ਗੁਰਦੀਪ ਸਿੰਘ ਸ਼ਾਹ ਪੀਣੀ ਜੀ ਅੱਜ ਸਾਡੇ ਖਾਸ ਮਹਿਮਾਨ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੀ ਵਿਚਾਰਧਾਰਾ ਨੂੰ ਸਮਝਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਜੀ, ਜੇਕਰ ਗੱਲ ਕਰੀਏ, ਤੁਸੀਂ ਆਲਰੇਡੀ ਵਿਧਾਇਕ ਵੀ ਹੋ ਔਰ ਇਸ ਵਾਰ ਫਿਰ ਤੋਂ ਪਾਰਟੀ ਨੇ ਤੁਹਾਡੇ 'ਤੇ ਵਿਸ਼ਵਾਸ ਦਿਖਾਇਆ ਹੈ, ਤੁਹਾਨੂੰ ਮੌਕਾ ਦਿੱਤਾ ਹੈ, ਤਾਂ ਇਸ ਵਾਰ ਦੇ ਜੋ ਇਲੈਕਸ਼ਨ ਹੋਣਗੇ ਉਹ ਕਿੰਨਾ ਗੱਲਾਂ ਦੇ ਆਧਾਰ 'ਤੇ ਤੁਸੀਂ ਲੜਨ ਜਾ ਰਹੇ ਹੋ? ਜਿਹੜੀ ਸਾਡੀ ਮੌਜੂਦਾ ਸਰਕਾਰ ਹੈ, ਪਿਛਲੇ ਚੋਣਾਂ 2018 'ਚ ਹੋਏ ਸੀ ਉਦੋਂ ਵੀ ਸਾਡੀ ਭਾਰਤੀ ਜਨਤਾ ਪਾਰਟੀ ਸਰਕਾਰ ਬਿਲਕੁਲ ਨਜ਼ਦੀਕ ਤੋਂ ਹਰੀ ਹੈ ਜੀ। 0.5% ਵੋਟ ਸਾਡੀ ਪੂਰੇ ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਘਟਾ ਹੈ ਜੀ ਔਰ 0.5% ਕਾਂਗਰਸ ਨੂੰ ਫਾਲਤੂ ਆਇਆ ਵੋਟ ਉਸ ਕਾਰਨ ਥੋੜ੍ਹੇ ਜੇ ਮਾਰਜਨ ਨਾਲ ਇੱਥੇ ਸਰਕਾਰ ਬਣੀ ਔਰ ਉਹ ਵੀ ਝੂਠੇ ਵਾਅਦੇ ਨਾਲ ਬਣੀ। ਜਦੋਂ ਉਹਨਾਂ ਦੇ ਨੇਤਿਆਂ ਨੇ ਇੱਥੇ ਆ ਕੇ ਵਾਅਦੇ ਕੀਤੇ ਵੱਡੇ ਵੱਡੇ ਜੀ ਕਿਸਾਨਾਂ ਦੇ ਕਰਜ਼ੇ ਮਾਫ਼ ਵਾਸਤੇ, 1 ਤੋਂ ਲੈ ਕੇ 10 ਤੱਕ ਗਿਣਤੀ ਗਿਣੀ ਜੀ, 10 ਦਿਨ ਦੇ ਅੰਦਰ ਅਸੀਂ ਟੋਟਲ ਸੰਪੂਰਨ ਕਿਸਾਨ ਦਾ ਕਰਜ਼ਾ ਮਾਫ਼ ਕਰਾਂਗੇ ਜੀ। ਔਰ ਜੋ ਪੜ੍ਹੇ ਲਿਖੇ ਯੁਵਾ ਬੱਚੇ ਹੈਗੇ ਉਹਨੂੰ ਜਾਂ ਨੌਕਰੀ ਦੇਵਾਂਗੇ, ਅਗਰ ਨੌਕਰੀ ਨਾ ਦਿੱਤੀ ਗਈ ਤਾਂ ਅਸੀਂ ਉਹਨਾਂ ਨੂੰ 3500 ਰੁਪਏ ਪੱਤਾ ਦੇਵਾਂਗੇ ਜੀ। ਔਰ ਨਾ ਤਾਂ ਕਿਸੇ ਕਿਸਾਨ ਦਾ ਕਰਜ਼ਾ ਮਾਫ਼ ਹੋਇਆ ਔਰ 19,400 ਲੋਕਾਂ ਦੀ ਜ਼ਮੀਨ ਜਿਹੜੀ ਕੁੜਕ ਹੋ ਚੁੱਕੀ ਹੈ ਜੀ। ਇਹਨਾਂ ਕਿਉਂ ਲੋਕਾਂ ਨੇ ਵਿਸ਼ਵਾਸ ਕੀਤਾ ਇਹਨਾਂ 'ਤੇ ਔਰ ਬੈਂਕ ਦਾ ਲੈਣ ਦੇਣ ਕੀਤਾ ਉਹਨਾਂ ਨੇ, ਔਰ ਜ਼ਮੀਨਾਂ ਡਿਫਾਲਟਰ ਹੋ ਗਏ ਔਰ ਜ਼ਮੀਨਾਂ ਉਹਨਾਂ ਦੀ ਕੁੜਕ ਹੋ ਜਾਂਦੀਆਂ। ਅੱਛਾ। ਬਹੁਤ ਲੋਕ ਕਿਸਾਨ ਸੀ ਜਿਹੜੇ ਉਹ ਫਾਂਸੀ ਲੈ ਕੇ ਆਤਮ ਹੱਤਿਆ ਕਰ ਲਈ ਉਹਨਾਂ ਨੇ, ਗਰੀਬ ਘਰੋਂ ਗਰੀਬ ਸੀ, ਛੋਟੇ ਜ਼ਿਮੀਂਦਾਰ ਸੀਗੇ। ਆਹੀ ਹਾਲ ਯੁਵਾ ਦਾ ਹੈ, ਯੁਵਾ ਨੇ ਬਹੁਤ ਧਰਨੇ ਪ੍ਰਦਰਸ਼ਨ ਲਗਾਤਾਰ 5 ਸਾਲ ਚੱਲਦੇ ਰਹੇ, ਕੁਛ ਕਿਸੇ ਨੂੰ ਵੀ ਉਹਨਾਂ ਨੇ ਨਾ ਪਤਾ ਦਿੱਤਾ ਨਾ ਨੌਕਰੀ ਦਿੱਤੀ, ਨੌਕਰੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਸੀ ਪੂਰੇ 5 ਸਾਲ ਦੇ ਵਿੱਚ। ਮੇਰੇ ਖਿਆਲ 17 ਪੇਪਰ ਲੀਕ ਹੋਏ ਸਾਡੇ ਰਾਸ਼ਟਰ ਦੇ ਵਿੱਚ ਜੀ, ਇੱਕ ਇਤਿਹਾਸ ਬਣ ਗਿਆ ਜੀ ਪੇਪਰ ਲੀਕ ਦਾ ਔਰ ਇਹਨੂੰ ਖੁਦ ਸਰਕਾਰ ਨੇ ਜੋ ਸਰਕਾਰ ਦੇ ਵਿੱਚ ਮੰਤਰੀ ਰਹੇ ਹੈ ਉਹਨੇ ਖੁਦ ਪੇਪਰ ਕਰਾਏ, ਖੁਦ ਦੇ ਆਪਦੇ ਬੱਚੇ ਐਸ ਡੀ ਓ ਤੱਕ ਲਵਾਏ ਉਹਨਾਂ ਨੇ ਜੀ। ਔਰ ਸਰਕਾਰ ਦਾ ਪੂਰਾ ਇਹਦੇ ਵਿੱਚ ਜੋ ਸਾਡੇ ਸ਼ਿਕਸ਼ਾ ਮੰਤਰੀ ਸੀ ਉਹਦਾ ਪੂਰਾ ਹੱਥ ਰਿਹਾ ਹੋਇਆ, ਇਸ ਟਾਈਮ ਉਹ ਪ੍ਰਦੇਸ਼ ਅਧਿਕਸ਼ ਹੈ, ਪਹਿਲਾਂ ਸ਼ਿਕਸ਼ਾ ਮੰਤਰੀ ਸੀਗੇ ਜੀ। ਔਰ ਸਰਕਾਰ ਦੇ ਜੋ ਸੀ ਐਮ ਦੇ ਬਿਲਕੁਲ ਕਲੋਜ਼ ਆਦਮੀ ਸੀਗੇ ਉਹਨਾਂ ਨੇ ਉਹ ਸਾਰੇ ਪੇਪਰ ਲੀਕ ਕਰਵਾਏ ਹੈ ਜੀ ਜੀ। ਉਹ ਅਜਿਹੇ ਅਨੇਕ ਮੁੱਦੇ ਹੈ, ਉਸ ਤੋਂ ਇਲਾਵਾ ਭ੍ਰਿਸ਼ਟਾਚਾਰ ਇੰਨਾ, ਕਿਉਂਕਿ ਨਿਰਦਲੀਆਂ ਦਾ ਸਪੋਰਟ ਸੀ ਕਾਂਗਰਸ ਪਾਰਟੀ ਨੂੰ ਜੀ, ਬਸਪਾ ਦੇ ਐਮ ਐਲ ਏ ਸਪੋਰਟ ਸੀਗਾ ਔਰ ਬਿਲਕੁਲ ਟਾਰਗੇਟ 'ਤੇ ਸਰਕਾਰ ਸੀ, ਡਿੱਗਣ ਦੀ ਸਥਿਤੀ ਸੀਗੀ ਜੀ। ਔਰ ਇਹਨਾਂ ਦੀ ਖੁਦ ਦੀ ਲੜਾਈ ਪਾਇਲਟ ਸਾਹਿਬ ਦੀ ਔਰ ਸੀ ਐਮ ਸਾਹਿਬ ਦੀ ਲੜਾਈ ਚੱਲਦੀ ਸੀ, ਉਸ ਖਤਰੇ ਵਿੱਚ ਇੰਨੀ ਲੂਟ ਦੀ ਛੂਟ ਦਿੱਤੀ ਇਹਨਾਂ ਨੇ ਆਪਦੇ ਐਮ ਐਲ ਏ ਨੂੰ, ਕੋਈ ਹਰ ਚੀਜ਼ ਦੇ ਵਿੱਚ ਖਨਣ ਵਿਭਾਗ ਸੀ, ਕੁਛ ਵੀ ਸੀ, ਇਹਨਾਂ ਨੇ ਕੋਈ ਲੂਟ ਦੇ ਵਿੱਚ ਕਸਰ ਨਹੀਂ ਛੱਡੀ, ਭ੍ਰਿਸ਼ਟਾਚਾਰ ਦਾ ਕਸਰ ਨਹੀਂ ਛੱਡੀ, ਚਾਹੇ ਮਹਿਲਾ ਅੱਤਿਆਚਾਰ ਸੀਗਾ ਜੀ, ਬਲਾਤਕਾਰ ਦੇ ਵਿੱਚ ਸਾਡੀ ਜਿਹੜੀ ਸਟੇਟ ਹੈ ਪਹਿਲੇ ਨੰਬਰ 'ਤੇ ਹੈ ਜੀ। ਔਰ ਜਦੋਂ ਇਸ ਮੁੱਦੇ 'ਤੇ ਚਰਚਾ ਚੱਲ ਰਹੀ ਸੀ ਵਿਧਾਨ ਸਭਾ ਦੇ ਅੰਦਰ, ਉਦੋਂ ਮੰਤਰੀ ਦਾ ਜੋ ਜਵਾਬ ਸੀਗਾ ਔਰ ਮੰਤਰੀ ਨੇ ਜਵਾਬ 'ਚ ਕਿਹਾ ਵੀ ਵਾਕਿਆ ਆਪਕੀ ਬਾਤ ਸਹੀ ਹੈ ਵੀ ਜੋ ਪ੍ਰਦੇਸ਼ ਹੈ ਹਮਾਰਾ ਬਲਾਤਕਾਰ ਕੇ ਮਾਮਲੇ 1 ਨੰਬਰ ਪੇ ਹੈ, ਕਿਆ ਕਰੇ ਸਾਲਾ, ਇਹ ਮਰਦੋਂ ਕਾ ਪ੍ਰਦੇਸ਼ ਹੈ, ਇਹ ਮੰਤਰੀ ਕਾ ਜਵਾਬ ਥਾ ਆਜ ਰਿਕਾਰਡ ਪੇ ਹੈ।
तो ऐसे ऐसी इनकी इनकी हरकतें हैं, तो इस कारण जो लोग इनसे रुष्ट हैं और उस मुद्दे पे हम लेके चुनाव लड़ रहे हैं, और हमारे 9 साल के अंदर जो हमारे सेंटर की सरकार है उसने जो मोदी ने काम किए हैं उसके आधार पर हम जनता के बीच जा रहे हैं। जी अगर संगरिया हल्के की गल करिए विकास का की प्लान है, ऑलरेडी 5 साल की काम तुम कर चुके हो हूँ तक? 5 साल के अंदर जी जो सरकार तो सू कोई उम्मीद नहीं राजस्थान सरकार तो जी, फिर भी मेरे एजुकेशन के मामले 3 कॉलेज है, एक संगरिया, एक टिब्बी, एक मेरे पिंड सबूआना उत्थे संस्कृत का कॉलेज मंजू करवाया जी। सड़क के मामले जो पैसा है वो सारा सेंट्रल गवर्नमेंट चो, मेरी 5 मुख्य सड़क है बड़िया सड़क आनियाँ, वो 350 करोड़ के करीब मेरा पैसा सेंट्रल गवर्नमेंट चो आया जी। चाहे वो हनुमानगढ़ टाउन तो लेकर बाय टिब्बी होकर तलवाड़ा रोड जाती है वो सारी मेंटेनेंस करवाई, चाहे वो मेरे अहलाबाद तो खिलाड़ियाँ मेरे पंचायतें पैदा 12 करोड़ की रोड वो करवाई, चाहे मेरे मुंडा तो लेके बाय मिस्तानी हैड होकर थलड़का रोड जाती वो करवाई, चाहे मालदारामपुर तो लेके संघरी तो लेकर मालदारामपुर कराई, चाहे एक मेरी सब तो बड़ी रोड है 200 करोड़ की वो चाइयों तो लेके सालूसर तक रोड टोटल लेंथ है 93 किलोमीटर है जी, वो लगभग 200 करोड़ की रोड है जिसका कम काफ़ी 80% कम हो गया, 20% जो कम बाकी है जी वो कम चली जाता उन्होंने। उन्हें प्रधानमंत्री ग्रामीण सड़क योजना अंदर 50 करोड़ की रोडा कराइया, वाटरवर्क्स के अंदर मेरी विधानसभा के अंदर 56 पंचायत से पहले हूँ 55 रह गई, अच्छा जी 2 नगरपालिका हो गई, और अंदर पूरे 80 वाटरवर्क्स एक मुफ्त कट्ठे करवा के लिया, वो बहुत पुराने बने वाटरवर्क्स खेतों के अंदर पै भी नहीं लोग ढाणिया रेंगे है, उन्हें 200 करोड़ रुपया मेरा विधानसभा सेंट्रल गवर्नमेंट तो जे भी जो सा जल मिशन योजना अंदर वो करवा के लिया, होर अन्य कम बथेरे एम एल ए कोटे जो जो कम से शिक्षा विभाग के चिकित्सा विभाग के काफ़ी कम किए मैं आपके, और अगे भी साड़ी जो सरकार आऊगी तो साड़ा जो एरिया है किसानी ना जुड़िया हुआ है जी, चाहे व्यापारी है जी चाहे मजदूर है, एक कड़ी है तिना की, एक कड़ी है तिना की किसान साढ़े कृषि जैसे मेहनत धंधा है और किसानी लोग है साढ़े पानी की बड़ी समस्या है जी, और पानी वास्ते मैं काफ़ी मैं चुनाव जितने का कारण ही मेरा जरा नहरी पानी है, मैं बड़ा ये जिला परिषद मैंबर से उदा मैं वह बनया उपमुख बनया जिले का जी, तो मेरी कोशिश रही किसानों पानी दवाने वास्ते हमेशा लड़ाई लड़ी जी, उ लड़ाई हूँ जा रही है लगातार, क्योंकि सानू साडा सिस्टम जरा एक बारी बंद एक बारी चलता है नहर का जी, तो उस की सू 1200 सू कुछ पानी मिलता है भाखड़ा का ठीक है, और बैलेंस का पानी जो 1200 उत्ते बढ़ के पानी आता है वो साड़ी नहर रूटीन एक नहर चल जाती है दो नहर चल जाती है जी जी, वो लगातार 4 साल 5 साल तो लगातार बैलेंस बंद सी, वो मैं प्रयास करके वो पानी चलवाया जी, हूँ भी एक साढ़े एक लिंक हैगा लिंक के नक्का वो काफ़ी उच्चा है, वो 5 स्टेटा का वो मुद्दा है, अच्छा जी वो मैं प्रयास करी जाना अगर वो साढ़े मंत्री है उन्होंने मेरी गलबात हुई है मीटिंगा भी हुई जी, और काफ़ी हद तक उन्होंने नेड़े भी ले गए कम जी, और कम करवा मैं कोशिश करूँगा क्यों ताकि अगर सा नक्का नीवा हो जाए तो साढ़े भाखड़ा क्षेत्र में जो पानी है जी वो पूरा मिलने लग जाए, क्यों साढ़े हिस्से मुताबक सू पानी मिलना चाहिए जी, वो सू पूरा पानी नहीं मिल रहा हिस्से मुताबक जी। ज़्यादातर तुम्हें क्या कि स्कीम जो सी सेंटर तो लैके आए हो, जो इतने की स्टेट गवर्नमेंट से उतो तुम सपोर्ट नहीं मिलती सी? बहुत घट सपोर्ट मिल रही है, जो आम डिमांड होती सी सू डिमांड नहीं मिलती, कांग्रेस के एम एल ए मिलता सी थोड़ा बहुत माड़ा मोटा रही, यानी कि ना कि भेदभाव पूरा फुल भेदभाव हमेशा रहा है, पर साड़ी स्टेट पहले यह कुछ नहीं चलता सी जी, पहले साड़ी स्टेट से हमेशा कोई सरकार चाहे साड़ी भी आई है चाहे कांग्रेस की आई है पहले हमेशा होंगे साम एल हर चीज़ का कोटा फिक्स होंगे जी, स्कूल देने अपग्रेड करने हैं 3 स्कूल हर एक एम एल का कोटा होंगे जी, तो एम एल ए लिख के स्कूल अपग्रेड हो जाते जी, ऐसे रोड सड़कों में होंगे जी, सड़क मतलब 10 करोड़ की एक बजट बजट सैशन आता है, वो 10 करोड़ दोड़ा एक एम एल ए मिलती सी, सभी एम एल लिख के देते रोड मिल जाए सी जिते हूँ इन्होंने एम एल ए वो तो एम एल लिख कितिया रोड़ा वो जी, जैसे अभी भारतीय जनता पार्टी के एम एल ए सबसे उन्होंने लुखा के लिए उन्होंने अधिकारी से जहाँ इन्होंने हरे प्रत्याशी से उन्होंने मारी मर्जी चली उ जी जी। अच्छा जेकर होर मुद्दों की गल करिए, क्राइम बहुत मुद्दा वड्डा हुंदा या आप नशे की गल कर लिए, इन मसलों पर की कुछ तुसी प्लान तैयार किया या इन सारिया समस्यावान पर कंट्रोल कर? इस तरह क्राइम का जो साढ़े सरकार दे विच बैलेंस ही नहीं जी, तो ब्यूरोक्रेसी बड़ी हैवी हो गई और हर अधिकारी की अज मनमर्जी चली और भ्रष्ट अधिकारी लगे साढ़े जिन्हें लगे हुए हैं जी, और रो रो मर गए मैं असं उत्ते तक कक्षता करके भी जो थोड़े SHO लगे हुए है ये पैसे लैने नशा पकाई जाते हैं, कोई सपोर्ट नहीं, एक ग्राम जो पीने वाला लैके फट लेंगे जी, चोर फटे चोर की मान नहीं फटते कोई, वो तो पैसे लेंगे जी, इस करके साढ़े पहले एक
ਸੰਘਣੀ ਥਾਣੇ 'ਚ ਇੱਕ ਇੰਸਪੈਕਟਰ ਆਇਆ ਸੀ ਵਿਸ਼ਨੂੰਦਰ ਜੀ। ਅੱਛਾ ਜੀ। ਉਹਨਾਂ ਦੀ ਬਾਅਦ 'ਚ ਡੈਥ ਹੋ ਗਈ, ਉਹ ਇੱਥੋਂ ਟ੍ਰਾਂਸਫਰ ਹੋ ਗਿਆ ਉਹਨਾਂ ਦਾ ਰਾਜਗੜ੍ਹ। ਅੱਛਾ। ਉੱਥੋਂ ਡੈਥ ਹੋ ਗਈ ਸੀ ਉਹਨਾਂ ਦੀ, ਔਰ ਉਹਨਾਂ ਨੇ ਬੜੇ ਨਕੇਲ ਪਾਈ ਸੀ ਇੱਥੇ ਆ ਕੇ। ਉਹਦੇ ਵਿੱਚ ਕੀ ਹੈ ਜੀ, ਇਕੱਲਾ ਨਾ ਤਾਂ MLA ਕੁਛ ਕਰ ਸਕਦਾ ਹੈ ਜੀ, ਪਬਲਿਕ ਵੀ ਸਾਥ ਦੇਣੇ, ਪਬਲਿਕ ਨੂੰ ਸਾਥ ਦੇਣਾ ਪਊਗਾ, ਔਰ ਅੱਛੇ ਅਧਿਕਾਰੀ ਇਮਾਨਦਾਰ ਅਧਿਕਾਰੀ ਹੋਣ। ਔਰ ਸਾਡੀ ਸਰਕਾਰ ਬਣ ਗਈ, ਮੈਂ ਪੂਰੀ ਕੋਸ਼ਿਸ਼ ਕਰੂੰਗਾ ਇਮਾਨਦਾਰ ਅਧਿਕਾਰੀ ਲਿਆ ਕੇ, ਪੂਰਾ ਸਟਾਫ ਇਮਾਨਦਾਰ ਲਿਆ ਕੇ, ਔਰ ਪਿੰਡਾਂ 'ਚੋਂ ਕਮੇਟੀਆਂ ਬਣਾ ਕੇ ਪਿੰਡਾਂ ਨਾਲ ਸਾਥ ਲੈ ਕੇ ਫਿਰ ਇਹ ਕਾਬੂ ਪਾਇਆ ਜਾ ਸਕਦਾ। ਇਕੱਲਾ ਨਾ ਪੁਲਿਸ ਪਾ ਸਕਦੀ, ਨਾ ਇਕੱਲਾ MLA ਪਾ ਸਕਦਾ, ਲੋਕ ਸਾਰਾ ਸਾਥ ਦੇਣ ਤਾਂ ਕੰਮ ਇਹ ਹੋਊਗਾ, ਕਿਉਂਕਿ ਜਾਲ ਬਹੁਤ ਜ਼ਿਆਦਾ ਵਿਸ਼ਵਕਰ ਨਸ਼ੇ ਦਾ ਜੀ, ਔਰ ਤਿੰਨ ਕੜੀਆਂ ਇਕੱਠੀਆਂ ਹੋਣਗੀਆਂ, ਪੁਲਿਸ, ਜਨਤਾ ਔਰ ਜੋ ਸਾਡੇ ਨੁਮਾਇੰਦਗੀ ਕਰਨਗੇ ਜੀ, ਉਹਨਾਂ ਦਾ ਪੂਰਾ ਪ੍ਰੈਸ਼ਰ ਹੋਊਗਾ। ਤਿੰਨ ਕੜੀਆਂ ਇਕੱਠੀਆਂ ਹੋਣਗੀਆਂ ਤਾਂ ਇਹ ਸਫਲਤਾ ਸਾਨੂੰ ਮਿਲ ਸਕਦੀ ਹੈ ਜੀ। ਐਜੂਕੇਸ਼ਨ ਦੀ ਤੁਸੀਂ ਗੱਲ ਕੀਤੀ ਕਿ ਕਾਲਜ ਤੁਸੀਂ ਲੈ ਕੇ ਆਏ ਹੋ, ਹੈਲਥ ਦੀ ਅਗਰ ਗੱਲ ਕਰੀਏ, ਹੈਲਥ ਦੇ ਮੁੱਦਿਆਂ ਨੂੰ ਲੈ ਕੇ ਕਿੰਨਾ ਕੁ ਕੰਮ ਹੋਇਆ ਅਤੇ ਅੱਗੇ ਕਿੰਨਾ ਕੁ ਬਾਕੀ? ਹੈਲਥ ਦੇ ਵਿੱਚ ਮੇਰੇ ਪਿੰਡਾਂ ਦੇ ਵਿੱਚ ਜੇ PSC ਆਉਂਦੀਆਂ, ਉਹ ਮੇਰੇ ਕਾਫੀ PSC ਹੈਗੀਆਂ ਜੀ। ਇਸ ਵਾਰੀ ਮੈਂ ਮੇਰੇ ਪਿੰਡ ਵੀ ਕਰਾਈ ਹੈ, ਹਰੀਪੁਰਾ ਕਰਾਈ ਹੈ, ਦੀਨਗੜ੍ਹ ਕਰਾਈ ਹੈ, ਚੱਖੀ ਰਾਸਿੰਗ ਵਾਲੀ ਹੈਗੀ, ਨੁਕੇਰੇ ਹੈਗੀ, ਕ੍ਰਿਸ਼ਨਪੁਰਾ ਹੈਗੀ, ਲੀਲਾਂ ਵਾਲੀ ਹੈਗੀ, ਔਰ CSC ਮੇਰੇ ਸੰਘਣੀ ਤਹਿਸੀਲ ਵਿੱਚ ਦੋ ਹੈ ਜੀ, ਇੱਕ ਤਾਂ ਸੰਘਣੀ ਲੋਕਲ ਹੈ, ਇੱਕ ਢਾਬਾ CSC ਹੈਗੀ। ਠੀਕ ਹੈ। ਵੈਸੇ ਉਹ ਟਿੱਬੀ ਹੈਗੀ, ਟਿੱਬੀ ਦੇ ਅੰਦਰ CSC ਹੈਗੀ, ਔਰ ਅੰਦਰ ਬਿਲਡਿੰਗ ਬੜੀ ਜੱਜਰ ਸੀ, ਮੈਂ ਮੇਰੇ MLA ਕੋਟ ਕੇ ਪੈਸਾ ਦੇ ਕੇ ਉਹ ਸਾਰੀ ਚਾਰਦੀਵਾਰੀ ਔਰ ਉਹਦੀ ਬਿਲਡਿੰਗ ਨੇ ਵੀ ਬਣਾਈ ਹੈ, ਔਰ SLOT ਸਾਡੇ CSC ਨਵੀਂ ਮੰਜੂ ਕਰਵਾਈ ਹੈ, ਸੂਰ ਵਾਲਾ ਪਿੰਡ ਆ, ਕਾਫੀ ਵੱਡਾ ਪਿੰਡ ਹੈ। ਅੱਛਾ ਜੀ। ਔਰ ਉਸ ਤੋਂ ਇਲਾਵਾ ਮੇਰੇ CSC ਜਿਹੜੀਆਂ PSC ਹੈਗੀਆਂ, ਉਹ ਮਹਿਰ ਵਾਲੀ, ਮਿਰਜੇ ਵਾਲੀ, ਔਰ ਤੁਹਾਡੇ ਸਿੱਲ ਵਾਲਾ PSC ਹੈਗੀਆਂ ਜੀ। ਔਰ ਸਾਡੇ ਕੀ ਹੈ, ਬਿਲਡਿੰਗਾਂ ਹੈਗੀਆਂ, ਸਾਡੇ ਹੋਸਪਿਟਲ ਹੈਗੇ, ਔਰ ਸਾਡੇ ਸਭ ਤੋਂ ਵੱਡੀ ਬਿਮਾਰੀ ਡਾਕਟਰ ਨਹੀਂ ਕੋਈ ਆ ਕੇ ਰਾਜੀ, ਜੋ ਡਾਕਟਰ ਲਿਆਉਂਦੇ ਹੈ। ਵਜ੍ਹਾ ਕੀ ਹੈ ਜੀ? ਵਜ੍ਹਾ ਕੋਈ ਰਹਿ ਕੇ ਰਾਜੀ ਨਹੀਂ ਗਾ, ਪਤਾ ਕੀ ਕਾਰਨ ਕੀ ਹੈ, ਕਿਉਂ ਨਹੀਂ ਆਉਂਦੇ। ਮੈਨੇ ਪੂਰੇ 5 ਸਾਲ ਪ੍ਰਯਾਸ ਕੀਤੇ, ਸਾਡੇ ਹੁਣ ਸੰਘਣੀ 7 ਡਾਕਟਰ ਘੱਟ ਹੈ, ਟਿੱਬੀ 7 ਡਾਕਟਰ ਘੱਟ ਹੈ, ਫੈਸਿਲਿਟੀਜ਼ ਘੱਟ ਨੇ, ਫੈਸਿਲਿਟੀ ਕੋਈ ਘੱਟ ਨਹੀਂ, ਸਭ ਕੁਝ ਸਹੀ ਹੈ, ਛੋਟੀ ਮੰਡੀ ਕਰਕੇ ਕਿਉਂ ਨਾ ਚਾਹੁੰਦੇ ਕਿ ਕੀ ਕਾਰਨ ਹੈ, ਕਿਵੇਂ ਨਹੀਂ ਜੀ। ਔਰ ਮੰਤਰੀ ਜੀ ਨੇ ਵੀ, ਜੋ ਅਸੀਂ ਸਾਰੇ MLA ਨੇ ਉੱਥੇ ਰੌਲਾ ਪਾਇਆ, ਤਾਂ ਉਹਨਾਂ ਨੇ ਮੰਤਰੀ ਨੇ ਇੱਕ ਆਦੇਸ਼ ਕੱਢਿਆ ਵੀ ਜੋ ਵੀ ਡਾਕਟਰ ਡੈਪੂਟੇਸ਼ਨ 'ਤੇ ਬੈਠਾ, ਉਹ ਡੈਪੂਟੇਸ਼ਨ ਕਹਿ ਸਕਦਾ, ਮੇਰੇ 3 ਡਾਕਟਰ ਅਜੇ ਸੀ ਜੋ ਮੇਰੇ ਪੋਸਟਿੰਗ ਇੱਥੇ ਸੀ, ਔਰ ਉਹਨੇ ਪੋਸਟਿੰਗ ਜਿਹੜੀ ਡੈਪੂਟੇਸ਼ਨ ਹੈ ਉਹ ਜੈਪੁਰ ਜਾਂ ਸਿੱਕਰ ਕਰਵਾ ਰੱਖੇ ਸੀ ਜੀ, ਉਹਨੇ ਨੌਕਰੀ ਛੱਡਤੀ, ਪਰ ਸੰਘਣੀ ਨਹੀਂ ਆਏ ਉਹ ਜੀ, ਡੈਪੂਟੇਸ਼ਨ ਕੈਂਸਲ ਕਰਤਾ ਮੰਤਰੀ ਨੇ, ਉਸ ਤੋਂ ਇਲਾਵਾ ਵੀ ਉਹ ਸੰਘਣੀ ਨਹੀਂ ਆਏ, ਉਹਨੇ ਨੌਕਰੀ ਛੱਡਤੀ ਜੀ, ਆਹ ਹਾਲਤ ਹੈ ਜੀ। ਅੱਛਾ, ਤੁਹਾਨੂੰ ਲੱਗਦਾ ਕਿ ਅਗਰ ਸਟੇਟ ਦੇ ਵਿੱਚ ਤੁਹਾਡੀ ਸਰਕਾਰ ਬਣਦੀ ਆ, ਵੈਸੇ ਤਾਂ ਇਤਿਹਾਸ ਰਿਹਾ ਰਾਜਸਥਾਨ ਦਾ ਵੀ ਕਦੇ ਕੋਈ ਗਵਰਨਮੈਂਟ ਰਿਪੀਟ ਨਹੀਂ ਹੁੰਦੀ ਹੈਗੀ, ਤਾਂ ਕੀ ਲੱਗਦਾ ਕਿ ਫਿਰ ਇਹ ਹਾਲਾਤ ਸੁਧਰਨਗੇ? ਬਿਲਕੁਲ, ਸਾਡੀ ਸਰਕਾਰ ਆਊਗੀ, ਸੁਧਰਨਗੇ। ਹੁਣ ਸਾਡੇ ਮੋਦੀ ਨੇ ਜੋ ਮੈਡੀਕਲ ਕਾਲਜ ਦਿੱਤੇ ਹੈ ਜੀ, ਸਾਡੇ ਹੁਣ ਹਨੁਮਾਨਗੜ੍ਹ ਕਾਲਜ ਦਿੱਤਾ, ਬਣੀ ਦਾ ਜਲਦ ਬਣ ਕੇ ਤਿਆਰ ਹੋ ਜਾਊਗਾ, ਉਹ 'ਚ ਡਾਕਟਰ ਵੀ ਤਿਆਰ ਹੋਣਗੇ, ਔਰ ਸਾਨੂੰ ਇੱਕ ਅੱਛਾ ਹੋਸਪਿਟਲ ਮਿਲੂਗਾ ਬਹੁਤ ਤਗੜਾ। ਇਸੇ ਸਾਡੇ ਗੰਗਾਨਗਰ ਜਿਹੜਾ ਡਿਸਟ੍ਰਿਕਟ ਪੁਰਾਣਾ ਡਿਸਟ੍ਰਿਕਟ ਸੀ, ਉੱਥੇ ਮੈਡੀਕਲ ਕਾਲਜ ਦਿੱਤਾ ਹੈ ਜੀ, ਸਾਡੇ ਕਮ ਸੇ ਕਮ 27 ਮੈਡੀਕਲ ਕਾਲਜ ਰਾਜਸਥਾਨ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨੇ ਦਿੱਤੇ ਹੈ, ਜੇ ਕਰਕੇ ਬਹੁਤ ਅੱਛੇ ਡਾਕਟਰ ਤਿਆਰ ਹੋਣਗੇ ਜੀ, ਔਰ ਸਾਨੂੰ ਜਿਹੜੀ ਫੈਸਿਲਿਟੀ ਮਿਲਣੀ ਚਾਲੂ ਹੋ ਜੂ, ਪਰ ਟਾਈਮ ਉਹ 2-3 ਸਾਲ ਜ਼ਰੂਰ ਲੱਗਣਗੇ ਜੀ ਡਾਕਟਰ ਤਿਆਰ ਹੋਣ ਵਾਸਤੇ, ਤਾਂ ਉਹਦੇ ਸਾਨੂੰ ਮੈਡੀਕਲ ਕਾਲਜ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੂਗਾ ਜੀ। ਤੁਸੀਂ ਹੁਣ ਰੀਸੈਂਟ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਜਾਂਦੇ ਹੋ, ਪਿੰਡਾਂ ਦੇ ਵਿੱਚ ਵੀ ਜਾਂਦੇ ਹੋ, ਸਮੱਸਿਆਵਾਂ ਦਾ ਕਿੰਨਾ ਕੁ ਫਰਕ ਆ ਸ਼ਹਿਰ ਦੀਆਂ ਅਤੇ ਪਿੰਡਾਂ ਦੀਆਂ ਦਾ, ਔਰ ਕਿਹੜੇ ਕਿਹੜੇ ਕੰਮ ਲੋਕ ਦੱਸਦੇ ਆ ਕਿ ਉਹਨਾਂ ਦੀ ਜ਼ਰੂਰਤ ਬਣੇ ਹੋਏ ਨੇ? ਪਿੰਡਾਂ ਦੇ ਵਿੱਚ ਤਾਂ ਸਮੱਸਿਆ ਜੀ ਮੇਨ ਤਾਂ ਕਿਸਾਨ ਦੇ ਪਾਣੀ ਦੀ ਹੈ ਸਭ ਤੋਂ ਵੱਡੀ, ਪਾਣੀ ਦੇ ਨਾਲ ਨਾਲ ਜੋ ਸਾਡੇ ਖਾਲ ਹੈ ਜੀ, ਉਹ ਖਾਲ ਸਾਡੇ ਕੱਚੇ ਖਾਲ ਹੈ ਜਾਂ ਬਹੁਤ ਟਾਈਮ ਪਹਿਲਾਂ ਦੇ ਖਾਲੇ ਬਣੇ ਹੋਏ ਹੈ, ਉਹ ਜੱਜਰ ਹੋ ਚੁੱਕੇ ਹੈ। ਬਾਕੀ ਆ ਸੜਕਾਂ ਢਾਣੀਆਂ ਬਣੀਆਂ ਹੈਗੀਆਂ, ਸੜਕਾਂ ਹੈਗੀਆਂ, ਸਮੱਸਿਆ ਬਥੇਰੀਆਂ ਹੈਗੀਆਂ, ਸਮੱਸਿਆ ਤਾਂ ਕੋਈ ਕਿਤੇ ਮੁੱਕਦੀਆਂ ਨਹੀਂ ਆ, ਉਹਨਾਂ ਸਭ ਦਾ ਕਰਨ ਦਾ ਪ੍ਰਯਾਸ ਕਰਾਂਗੇ ਹਮੇਸ਼ਾ। ਉਹ ਸਾਡੀ ਸਰਕਾਰ ਆਈ ਤਾਂ ਸਰਕਾਰ ਦੇ ਵਿੱਚ ਥੋੜ੍ਹਾ ਕੰਮ ਕਰਨ ਦਾ ਜ਼ਿਆਦਾ ਮਜ਼ਾ ਆਉਂਦਾ ਹੈ ਜੀ, ਸਾਡੀ ਸਰਕਾਰ 'ਚ ਬਣਨੀ, ਉਹ ਕੰਮ ਜੋ ਕੰਮ ਰਹਿੰਦੇ ਸਾਰੇ ਕਰਵਾਵਾਂਗੇ ਜੀ। ਸ਼ਹਿਰਾਂ ਦੇ ਵਿੱਚ ਵੀ ਇਹੀ ਸਮੱਸਿਆ? ਸ਼ਹਿਰਾਂ ਦੇ ਅੰਦਰ ਸਾਡੇ ਮੇਨ ਸਮੱਸਿਆ ਹੈ ਸੀਵਰੇਜ ਦੀ ਜੀ, ਸੀਵਰੇਜ ਦੀ ਸਮੱਸਿਆ ਮੈਂ 5 ਸਾਲ ਲਗਾਤਾਰ ਮੁੱਦਾ ਉਠਾਉਂਦਾ ਰਿਹਾ, ਸਫਾਈ ਜੋ ਹੈਗੀ ਉਹ ਪੂਰੀ ਤਰੀਕੇ ਨਾਲ ਨਹੀਂ ਹੋ ਰਹੀ, ਮੱਛਰ ਜ਼ਿਆਦਾ ਹੈ, ਔਰ ਅਗਰ ਸੀਵਰੇਜ ਪੈ ਜਾਂਦਾ ਹੈ, ਪਾਣੀ ਨਿਕਾਸੀ ਜਿਵੇਂ ਸਾਡੇ ਸ਼ਹਿਰ 2 ਭਾਗ ਹੈ ਜੀ, ਵਿਚਾਲ ਦੀ ਲਾਈਨ ਕਰੋਸ ਹੁੰਦੀ ਹੈ। ਅੱਛਾ ਜੀ। ਜਿਹੜਾ ਪਰਲਾ ਏਰੀਆ ਹੈ ਉਹ ਸਾਰੀ ਐਗਰੀਕਲਚਰ ਬਸਤੀ ਵਸਿਆ ਹੋਇਆ, ਲੋਕਾਂ ਕਲੋਨੀਆਂ ਕੱਟੀਆਂ ਪ੍ਰਾਈਵੇਟ। ਠੀਕ ਹੈ। ਔਰ ਉਹਦੀ ਪਾਣੀ ਨਿਕਾਸੀ ਹੈ ਨਹੀਂ, ਬਹੁਤ ਮੁਸ਼ਕਲ ਹੈ ਜੀ, ਔਰ ਪੁਰਾਣਾ ਨਾਲਾ ਬਣਿਆ ਸੀ ਉਹ ਪਾਣੀ ਪੂਰਾ ਲੈ ਨਹੀਂ ਰਿਹਾ, ਅੱਗੇ ਨਿਕਾਸੀ ਵਾਸਤੇ ਜਗ੍ਹਾ ਨਹੀਂ, ਜੇ ਪਾਣੀ ਸਟੋਕ ਹੁੰਦਾ ਉਹ ਵੀ ਗ੍ਰਾਮੋ ਥਾਨ ਸਾਡੇ ਸੰਸਥਾ ਹੈਗੀ, ਉਹਨਾਂ ਦੇ 1 ਕਿੱਲਾ ਜ਼ਮੀਨ ਲਈ ਸੀ, ਡੱਗੀ ਬਣਾਈ ਸੀਗੀ, ਹੁਣ ਆਬਾਦੀ ਵਧੀ ਜਾਂਦੀ ਰੋਜ਼ ਦੀ, ਵੱਧ ਰਹੀ ਹੈ, ਤਾਂ ਉਹ ਸਮੱਸਿਆ ਕਾਫੀ ਹੈ। ਇੱਕ ਹੁਣ ਨਾਲਾ ਮਨਜ਼ੂਰ ਹੋਇਆ, ਨਾਲਾ ਵੀ ਉਹ ਜਿਹੜਾ ਕਾਂਗਰਸ ਦਾ ਚੇਅਰਮੈਨ ਹੈ ਉਹ ਉਹਨਾਂ ਦੇ ਆਪਸ ਵਿਵਾਦ ਚੱਲ ਰਿਹਾ ਜੀ, ਉਹ ਬਸਤੀ ਵਾਲੇ ਹੋਰ ਕੁਛ ਚਾਹੁੰਦੇ ਹੈ, ਉਹ ਚੇਅਰਮੈਨ ਹੋਰ ਕੁਛ ਚਾਹੁੰਦਾ ਹੈ,
ਉਹ ਵੀ ਵਿੱਚ ਵਿਵਾਦ ਚੱਲੀ ਜਾਂਦਾ ਉਸ ਦਾ ਇੱਥੇ ਵੀ ਤਾਲਮੇਲ ਦਾ ਫਰਕ ਪੈਂਦਾ ਜੇਕਰ ਆਪੋਜੀਸ਼ਨ ਦਾ ਚੇਅਰਮੈਨ ਹੋਵੇ ਤਾਂ ਵਿਕਾਸ ਦੇ ਰਸਤੇ 'ਚ ਕਿਤੇ ਨਾ ਕਿਤੇ ਰੋੜੇ ਆਉਂਦੇ ਪੈਂਦੇ ਬਿਲਕੁਲ ਪੈਂਦੇ ਜੀ ਰੋੜੇ ਤੇ ਆਪਦੇ ਤਾਲਮੇਲ ਸਹੀ ਨਾ ਬੈਠੇ ਰੋੜੇ ਪੈਂਦੇ ਆ ਜੀ ਤਾਂ ਜਦੋਂ ਅਸੀਂ ਹਮੇਸ਼ਾ ਚੁਣਾਵ ਦੇ ਵਿੱਚ ਜਦੋਂ ਜਿਹਦੀ ਸਰਕਾਰ ਬਣਦੀ ਹੋਈ ਜਾਂ ਤਾਂ ਵੀ ਕੜੀ ਨਾ ਕੜੀ ਜੋੜੋ ਜੀ ਕੜੀ ਨਾ ਕੜੀ ਜੋੜਨ ਦਾ ਮਤਲਬ ਸਰਪੰਚ ਪ੍ਰਧਾਨ MLA ਸਰਕਾਰ ਆਪਦੀ ਉਹ ਕੰਮ ਕਰਨ ਦਾ ਨਜ਼ਾਰਾ ਅੱਡ ਹੁੰਦਾ ਜੀ ਔਰ ਚੇਅਰਮੈਨ ਸਰਪੰਚ ਜਾਂ ਉਹਦੇ ਖਿਲਾਫ਼ ਬਣ ਜੇ ਹੁਣ ਅਸੀਂ MLA ਕੋਟੇ ਦਾ ਪੈਸਾ ਦਿੰਦੇ ਹਾਂ ਜੀ ਬਹੁਤ ਸਾਰੇ ਸਰਪੰਚ ਹੈ ਜੀ ਅੱਜ ਕਾਂਗਰਸ ਪਾਰਟੀ ਤੋਂ ਹੈ ਉਹ ਅਸੀਂ ਪਾਸਾ MLA ਦਾ ਪੈਸਾ ਨਹੀਂ ਲੱਗਣ ਦੇ ਔਰ ਮੇਰਾ ਸਾਲੀ ਵਾਲਾ ਪਿੰਡ ਹੈਗਾ ਨਾਲ ਹੀ ਇੱਥੇ ਉੱਥੇ ਮੈਂ ਇੱਕ ਪਾਠ ਵਸਤੀ ਹੈ ਉੱਥੇ ਮੈਂ ਉਹਨਾਂ ਨੂੰ ਸਮੁਦਾਇਕ ਭਵਨ ਵਾਸਤੇ ਪੈਸੇ ਦਿੱਤੇ ਅੱਛਾ ਜੀ ਔਰ ਸਰਪੰਚ ਨੇ ਉਹਨੂੰ ਨਹੀਂ ਮਿਲਾ ਲੋਨ 'ਤੇ ਪੈਸੇ ਵਾਪਸ ਆ ਗਏ ਜੀ ਜੀ ਬਹੁਤ ਸਮੱਸਿਆ ਹੁੰਦੀ ਸਾਡੇ ਕੰਮ ਦੀਆਂ ਜੀ ਅਤੇ ਕੜੀ ਨਾ ਕੜੀ ਜੁੜੀ ਹੋਏ ਫਿਰ ਰਫਤਾਰਾਂ 'ਤੇ ਫੜੀ ਸਾਡਾ ਵੀ ਜ਼ੋਰ ਘੱਟ ਲੱਗਦਾ ਜੀ ਔਰ MLA ਦੇ ਨਾਲ ਇੱਕ ਸਾਥੀ ਮਿਲ ਜਾਂਦੇ MLA ਨੂੰ ਮੋਢੇ ਨਾਲ ਮੋਢਾ ਲੱਗ ਚੱਲਣ ਵਾਲੇ ਵਿਕਾਸ ਦੁੱਗਣੀ ਗਤੀ ਨਾਲ ਚੱਲਦਾ ਜੀ ਅੱਛਾ ਅਗਰ ਮੁਕਾਬਲੇ ਦੀ ਗੱਲ ਕਰੀਏ ਸਟੇਟ ਵਾਈਜ਼ ਵੀ ਜੇ ਗੱਲ ਕਰੀਏ ਜਾਂ ਤੁਹਾਡੇ ਹਲਕੇ ਦੀ ਵੀ ਗੱਲ ਕਰੀਏ ਮੁਕਾਬਲਾ ਕਿਹਨਾਂ ਦੇ ਵਿੱਚ ਲੱਗਦਾ BJP ਕਾਂਗਰਸ ਦੇ ਵਿੱਚ ਹੀ ਤੁਹਾਨੂੰ ਮੁੱਖ ਮੁਕਾਬਲਾ ਲੱਗਦਾ ਜਾਂ ਫਿਰ ਇੱਕ ਤੀਸਰੀ ਪਾਰਟੀ ਵੀ ਹੈ ਅੱਗੇ RLP ਵੀ ਹੈ ਉਹਨਾਂ ਦੇ ਵਿੱਚ ਵੀ ਤੁਸੀਂ ਮੁਕਾਬਲਾ ਦੇਖਦੇ ਸਾਡੀ ਮੇਰੀ ਸੀਟ 'ਤੇ ਤਾਂ ਜਿਹੜਾ ਮੁਕਾਬਲਾ ਕਈ ਵਾਰ ਸਾਡੇ ਜ਼ਿਲ੍ਹੇ 'ਚ ਜਿਹੜਾ ਮੁਕਾਬਲਾ ਉਹ ਹੈਗਾ ਉਹ BJP ਕਾਂਗਰਸ ਦੇ ਵਿੱਚ ਹੀ ਮੁਕਾਬਲਾ ਰਹੂਗਾ ਤੀਜੀ ਪਾਰਟੀ ਸਾਡੇ 'ਤੇ ਪੈਰ ਨਹੀਂ ਜੰਮੇ ਸਕਦੇ ਚਾਹੇ ਆਪ ਪਾਰਟੀ ਹੈ ਚਾਹੇ RLP ਹੈ ਜੀ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਉਹਨਾਂ ਨੂੰ ਔਰ ਇਹ 'ਚ ਕੋਈ ਦਿੱਕਤ ਨਹੀਂ ਹੁੰਦੀ ਜੋ ਮੁਕਾਬਲਾ ਹੈਗਾ ਉਹ ਕਾਂਗਰਸ ਔਰ BJP ਵਿੱਚ ਹੀ ਰਹਿਣਾ ਸਰ ਅਖੀਰ ਦੀ ਵਿੱਚ ਜੇਕਰ ਗੱਲ ਕਰੀਏ ਲੋਕਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਤਾਂ ਲੋਕਾਂ ਨੂੰ ਜਦੋਂ ਮਿਲਦੇ ਹੋ ਤਾਂ ਕੀ ਕੁਛ ਤੁਹਾਨੂੰ ਦੱਸਦੇ ਆ ਔਰ ਕੀ ਲੱਗਦਾ ਕਿ ਸਭ ਤੋਂ ਪਹਿਲਾਂ ਤੁਸੀਂ 20% ਵੋਟਿੰਗ 'ਤੇ ਤੁਹਾਨੂੰ ਮਿਲੀ ਸੀਗੀ ਫਿਰ 28 ਮਿਲੀ ਲਾਸਟ ਟਾਈਮ 48% ਵੋਟਿੰਗ ਤੁਹਾਡੇ ਹੱਕ ਦੇ ਵਿੱਚ ਹੋਈ ਔਰ ਇਸ ਵਾਰੀ ਕੀ ਲੱਗਦਾ ਕਿ ਇਹ ਪਰਸੈਂਟੇਜ ਵਧੇਗੀ ਪਰਸੈਂਟੇਜ ਤਾਂ ਵਧਣੀ ਵੋਟ ਹੀ ਵਧੀ ਹੈ ਜਿਵੇਂ ਪਿਛਲੇ ਗੜ 2-30 ਵੋਟ ਸੀ 2,30,000 ਵੋਟ ਸੀ 2,45 ਹੋ ਗਈ ਹੈ ਪਰਸੈਂਟੇਜ ਵੋਟ ਦਾ ਵੱਧ ਹੈ ਯੁਵਾ ਨਵੇਂ ਵੋਟ ਬਣਦੇ ਹੈ ਉਹਨਾਂ ਦੇ ਆਕਰੋਸ਼ ਵੀ ਹੁੰਦਾ ਵੀ ਵੋਟ ਪਾ ਕੇ ਆਈਏ ਜੀ ਔਰ ਪਰਸੈਂਟੇਜ ਮੇਰੇ ਇੱਥੇ ਵੈਸੇ ਵੀ ਸੰਘਣੀ ਵਿਧਾਨ ਸਭਾ ਦੀ 87% ਉੱਤੇ ਪੋਲਿੰਗ ਹਮੇਸ਼ਾ ਹੁੰਦੀ ਰਹੀ ਹੈ ਜੀ ਔਰ ਜੋ ਤੁਸੀਂ 20% ਦੀ ਗੱਲ ਕਰ ਰਹੇ ਹੋ ਜਨਤਾ ਦਾ ਪਿਆਰ ਹੀ ਇੰਨਾ ਸੀ ਮੈਨੂੰ ਜੀ ਚਾਹੇ ਮੈਂ ਨਿਰਦੇ ਦੇ ਚੁਣਾਵ ਲੜਿਆ ਉਦੋਂ ਵੀ ਮੈਨੂੰ ਜਨਤਾ ਨੇ ਚੁਣਾਵ ਲੜਾਇਆ ਜੀ 13 ਚੁਣਾਵ ਵੀ ਮੈਨੂੰ ਜਨਤਾ ਨੇ ਲੜਾਇਆ ਜੀ ਔਰ ਜਨਤਾ ਦੇ ਪਿਆਰ ਨੇ ਹੀ ਜਿਹੜੀ ਟਿਕਟ ਹੈ ਜਿਹੜੀ ਸਰਵੇ ਦੇ ਆਧਾਰ 'ਤੇ ਮੈਨੂੰ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਉਹ ਟਿਕਟ ਮਿਲੀ ਹੈ ਜੀ ਇਸ ਵਾਰ ਟਿਕਟ ਮਿਲਦਾ ਜਿਹੜਾ ਮੇਰਾ ਕਾਰਨ ਹੈ ਜੀ ਉਹ ਜਨਤਾ ਦੀ ਜਿਹੜੀ ਆਵਾਜ਼ ਸੀਗੀ ਉਹ ਜਨਤਾ ਨੇ ਜੋ ਲੋਕਾਂ ਨੂੰ ਸਰਵੇ ਕਰਨ ਆਏ ਆਪਦੀ ਓਪੀਨੀਅਨ ਦਿੱਤੀ ਜੀ ਉਹਦੇ ਆਧਾਰ 'ਤੇ ਮੈਨੂੰ ਅੱਜ ਦੁਬਾਰਾ ਮੌਕਾ ਮਿਲਿਆ ਜੀ ਇਹ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਸੀਟ ਹੈ ਸੰਘਰੀ ਦੀ ਇਹ ਦੁਬਾਰਾ ਰਿਪੀਟ ਹੋਈ ਹੈ ਜੀ ਜੀ ਗੁਰਦੀਪ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਬਹੁਤ ਅਹਿਮ ਜਾਣਕਾਰੀ ਤੁਸੀਂ ਆਪਣੇ ਹਲਕੇ ਦੀ ਸਾਡੇ ਨਾਲ ਸਾਂਝੀ ਕੀਤੀ ਹੈ ਔਰ ਉਮੀਦ ਕਰਦੇ ਹਾਂ ਕਿ ਫਿਰ ਮੁਲਾਕਾਤ ਜ਼ਰੂਰ ਹੁੰਦੀ ਰਹੇਗੀ ਧੰਨਵਾਦ ਜੀ ਥੈਂਕ ਯੂ ਤਾਂ ਦੋਸਤੋ ਇਹ ਸਨ ਗੁਰਦੀਪ ਸਿੰਘ ਸ਼ਾਹ ਪੀਨੀ ਜੀ ਸੰਘਰੀਆਂ ਤੋਂ ਵਿਧਾਇਕ ਔਰ ਇਸ ਵਾਰ BJP ਦੇ ਉਮੀਦਵਾਰ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦੀ ਸੋਚ ਵਿਚਾਰਧਾਰਾ ਨੂੰ ਜਾਣਿਆ ਜਲਦ ਮੁਲਾਕਾਤ ਹੋਵੇਗੀ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਉਦੋਂ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਅਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਰਾਜਸਥਾਨ ਅਤੇ ਸੱਤਾ ਦੰਗਲ ਸਤਿ ਸ਼੍ਰੀ ਅਕਾਲ